ਤਾਂ ਚਿਰਾਗ ਨੂੰ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਪ੍ਰਿੰਸ ਗਿੱਲ, ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਢੋਲੇਵਾਲ ਰਾਮਨਗਰ ਦੇ ਵਿੱਚ, ਜਿੱਥੇ ਕਿ ਇੱਕ ਮਾਮਲਾ ਸਾਹਮਣੇ ਆਇਆ ਕਿ ਇੱਕ ਘਰ ਦੇ ਅੰਦਰ ਬਿਨਾਂ ਪਰਮਿਸ਼ਨ ਤੋਂ ਟਾਵਰ ਲੱਗਿਆ ਜਾ ਰਿਹਾ ਅਤੇ ਮੁਹੱਲਾ ਵਾਸੀਆਂ ਨੇ ਕਹਿਣਾ ਇਹ ਹੈ ਕਿ ਕੋਈ ਪਰਮਿਸ਼ਨ ਹੈ ਨਹੀਂ ਅਤੇ ਟਾਵਰ ਕਿਸ ਬੇਸ 'ਤੇ ਲੱਗ ਰਿਹਾ। ਆਓ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦਾ ਕੀ ਕਹਿਣਾ। ਹਾਂਜੀ ਸਰ, ਕੀ ਮਾਮਲਾ ਹੈ? ਇਹ ਇੱਥੇ ਜੀ ਬੂਸਟਰ ਲਗਾਉਣ ਲੱਗੇ ਸੀਗੇ, ਪਰ ਮੁਹੱਲੇ ਵਾਲੇ ਜਦੋਂ ਹੈ ਇਕੱਠੇ ਹੋਏ ਤਾਂ ਹੈ ਬਿਲਡਿੰਗ ਮਾਲਕ ਦੇ ਨਾਲ ਮੇਰੀ ਹੁਣੇ ਗੱਲ ਹੋਈ ਹੈ। ਠੀਕ ਹੈ। ਉਹ ਕਹਿੰਦੇ ਵੀ ਹੈ ਇਹਨੂੰ ਕੰਮ ਨੂੰ ਅਸੀਂ ਮੁਹੱਲਿਆਂ ਦੇ ਖਿਲਾਫ ਹੋ ਕੇ ਨਹੀਂ ਕਰਨਾ ਅਤੇ ਇਸ ਕੰਮ ਨੂੰ ਬੰਦ ਕਰ ਦਿੱਤਾ ਗਿਆ। ਟਾਵਰ ਕਿਹੜੀ ਕੰਪਨੀ ਦਾ ਟਾਵਰ ਲੱਗ ਗਿਆ ਸੀ? ਸ਼ਾਇਦ ਹੈ ਜਿਹੜਾ ਸੁਣਨ ਦੇ ਵਿੱਚ ਆਇਆ ਵੀ ਉਹ ਏਅਰਟੈੱਲ ਦਾ ਇਹ ਲੱਗ ਰਿਹਾ ਸੀਗਾ, ਅਤੇ ਟਾਵਰ ਨਹੀਂ ਲੱਗ ਰਿਹਾ ਸੀ, ਇਹ ਬੂਸਟਰ ਲੱਗ ਰਿਹਾ ਸੀਗਾ। ਠੀਕ ਹੈ ਜੀ। ਅਤੇ ਪਰ ਜਦੋਂ ਹੈ ਹੁਣ ਮਾਲਕ ਦੇ ਨਾਲ ਮੇਰੀ ਗੱਲ ਹੋਈ ਆ, ਉਹ ਕਹਿੰਦਾ ਵੀ ਅਸੀਂ ਹੈ ਮੁਹੱਲੇ ਦੀ ਸਹਿਮਤੀ ਤੋਂ ਬਗੈਰ ਨਹੀਂ ਕੋਈ ਕੰਮ ਕਰਨਾ, ਤਾਂ ਉਹਨਾਂ ਨੇ ਬੰਦ ਕਰਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਬਸ ਜਦੋਂ ਹੈ ਮਾਲਕ ਨੇ ਕਹੀ ਦਿੱਤਾ ਜੀ ਬੰਦ ਕਰਦਾ ਹੈ ਤਾਂ ਫਿਰ ਪ੍ਰਸ਼ਾਸਨ ਦਾ ਤਾਂ ਕੋਈ ਮਤਲਬ ਹੀ ਨਹੀਂ ਪੈਦਾ ਹੁੰਦਾ ਜੀ, ਅਤੇ ਬੰਦ ਹੈ ਬੰਦ ਕਰਾਉਣ ਦਾ ਕੋਈ ਮਤਲਬ ਹੈ ਤਾਂ ਇਹ ਹੈ ਸਾਰੇ ਅਸੀਂ ਮੁਹੱਲਾ ਵਾਸੀ ਹੈ ਅਤੇ ਉਹਦੇ ਵਿੱਚ ਹੈ ਸਾਨੂੰ ਤਾਂ ਕਿਸੇ ਨਾਲ ਕੋਈ ਇਤਰਾਜ਼ ਹੀ ਨਹੀਂ ਹੈਗਾ, ਸਾਡੇ ਉਹ ਵੀ ਆਪਣੇ ਹੈ, ਅਤੇ ਇਸ ਕਰਕੇ ਕੋਈ ਹੈ ਪ੍ਰਸ਼ਾਸਨ ਤੋਂ ਤਾਂ ਮੰਗ ਹੋਵੇ ਜੇ ਅਗਲਾ ਮਾਲਕ ਸਹਿਮਤ ਨਾ ਹੋਵੇ। ਜੀ ਸਰ, ਐਟ ਲਾ ਰਹੇ ਸੀ ਉਹ ਅਸੀਂ ਰੋਕਣ ਵਾਸਤੇ ਆਏ ਹਾਂ, ਉਹ ਨਹੀਂ ਲੱਗਣ ਦਿੱਤਾ, ਉਹ ਖੋਲ ਰਹੇ। ਕੀ ਚੀਜ਼ ਲਗਾ ਰਹੇ ਸੀ? ਟਾਵਰ ਲਗਾ ਰਹੇ ਸੀ। ਕੋਈ ਪਰਮਿਸ਼ਨ ਵਗੈਰਾ ਹੈਗੀ? ਪਰਮਿਸ਼ਨ ਉਹਨਾਂ ਨੇ ਲਾਈ ਕਿ ਨਹੀਂ ਲਾਈ ਉਹ ਰੋਕ ਦਿੱਤਾ, ਉਹ ਮੁੰਡਾ ਵੀ ਬੋਲ ਗਿਆ ਕਿ ਖੋਲ ਲਵੇ। ਕਿਹੜੇ ਮੁਹੱਲੇ ਲੱਗ ਰਹੇ ਟਾਵਰ? ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗਲੀ ਨੰਬਰ 3 ਨੀਅਰ ਰਾਧਾ ਕਿਸ਼ਨ ਮੰਦਰ। ਇਹਨਾਂ ਕੋਈ ਪਰਮਿਸ਼ਨ ਹੈਗੀ ਸੀ? ਸਾਨੂੰ ਇਹਨਾਂ ਨੇ ਪਰਮਿਸ਼ਨ ਨਹੀਂ ਦਿਖਾਈ। ਨਹੀਂ ਪਰਮਿਸ਼ਨ ਦਿਖਾਈ ਨਹੀਂ ਇਹਨਾਂ ਨੇ? ਅੱਛਾ ਜੀ। ਕਾਰਪੋਰੇਸ਼ਨ ਵਾਲੇ ਆਏ ਸੀ, ਉਹਨਾਂ ਨੂੰ ਕਹਿ ਗਏ ਵੀ ਪਰਮਿਸ਼ਨ ਦਿਖਾਓ ਸਵੇਰ ਤੱਕ? ਇੱਥੇ ਕਿਉਂ ਨਹੀਂ ਹੁੰਦੇ? ਤਾਂ ਤੁਹਾਡੀ ਬਿਲਡਿੰਗ ਸੀਲ ਕਰ ਦਿੱਤੀ ਜਾਏਗੀ ਸਵੇਰ। ਠੀਕ ਹੈ। ਇੱਧਰ ਆਓ। ਮਾਲਕ ਆਇਆ ਸੀ, ਉਹ ਟਾਵਰ ਵਾਲਿਆਂ ਨੂੰ ਕਹਿ ਗਿਆ ਮੇਰੇ ਕੋਲ ਆਪਣਾ ਟਾਵਰ ਲਾਣਾ ਸ਼ੁਰੂ ਕਰ ਲਓ। ਕਾਰ ਵਾਲਾ ਕਹਿ ਗਿਆ ਉਹਨਾਂ ਟਾਵਰਾਂ ਨੂੰ ਆਪਣੇ ਟਾਵਰ ਲਾਣੇ ਸ਼ੁਰੂ ਕਰੋ, ਦੇਖਦੇ ਹੁਣ ਸਵੇਰ ਤੱਕ ਲਾਉਂਦੇ ਕਿ ਨਹੀਂ ਲਾਉਂਦੇ, ਨਹੀਂ ਲਾਣਗੇ ਤਾਂ ਕੱਲ੍ਹ ਨੂੰ ਫਿਰ ਇਸ ਤਰ੍ਹਾਂ ਇਕੱਠ ਕਰਾਂਗੇ ਦੁਬਾਰਾ। ਕੋਈ ਵੱਡੇ ਅਧਾਰੀ ਨਾਲ ਗੱਲਬਾਤ ਹੋਈ ਹੈ ਜਾਂ ਪ੍ਰਸ਼ਾਸਨ ਨਾਲ? ਨਹੀਂ, ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੋਈ। ਕਾਰਪੋਰੇਸ਼ਨ 'ਚੋਂ ਬੰਦਾ ਆਇਆ ਸੀ, ਉਹ ਆਪਣਾ ਲਿਖ ਕੇ ਲੈ ਗਿਆ, ਕਹਿੰਦਾ ਸਵੇਰ ਇਹਨਾਂ ਨੋਟਿਸ ਆ ਜਾਏਗਾ 9 ਤੱਕ, ਰੋਕ ਲਾ ਗਿਆ ਇਹਨਾਂ 'ਤੇ। ਓਕੇ। ਉਹ ਕਹਿੰਦਾ ਜੇ ਤਾਂ ਪਰਮਿਸ਼ਨ ਹੋਏਗੀ ਇਹਨਾਂ ਕੋਲੇ, ਠੀਕ ਹੈ, ਫਿਰ ਤਾਂ ਤੁਸੀਂ ਆਪਣੀ ਐਪਲੀਕੇਸ਼ਨ ਦਿਓ, ਉੱਥੇ ਕਾਰਵਾਈ ਹੋਏਗੀ। ਠੀਕ ਹੈ ਜੀ। ਜਿਹਨਾਂ ਕੋਲ ਪਰਮਿਸ਼ਨ ਨਹੀਂ ਹੋਏਗੀ ਫਿਰ ਇਹਨਾਂ 'ਤੇ ਕਾਰਵਾਈ ਹੋਏਗੀ।